ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਭਾਜਪਾ ਉੱਤੇ ਸਾਧਾ ਨਿਸ਼ਾਨਾ ਕਿਹਾ। ਭਾਜਪਾ ਹੁਣ ਸਿਆਸੀ ਪਾਰਟੀ ਨਹੀਂ ਰਹੀ ਸਗੋਂ ਨਰਿੰਦਰ ਮੋਦੀ ਨੂੰ ਪੂਜਣ ਵਾਲੀ ਪਾਰਟੀ ਬਣ ਗਈ ਹੈ। ਪਟਿਆਲਾ ਕੈਥਲ ਸਟੇਟ ਹਾਈਵੇ ਉੱਤੇ PRTC ਦੀ ਬੱਸ ਦੀ ਟਿੱਪਰ ਨਾਲ ਹੋਈ ਟੱਕਰ ਹਾਦਸੇ ਵਿੱਚ 16 ਲੋਕ ਜ਼ਖਮੀ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਹਸਪਤਾਲ ਪਹੁੰਚ ਕੇ ਜਾਣਿਆ ਜ਼ਖਮੀਆਂ ਦਾ ਹਾਲ ਚਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਸਰਕਾਰ ਵਿੱਚ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸੌਰਵ ਭਾਰਦਵਾਜ ਨੇ ਭਾਜਪਾ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਉੱਤੇ ਵੱਡੇ ਦੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਅਤੇ ਭਾਜਪਾ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਈ ਹੈ। ਉਹਨਾਂ ਕਿਹਾ ਕਿ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਵਾਈ ਨਹੀਂ ਦਿੱਤੀ ਜਾ ਰਹੀ। ਸੌਰਵ ਭਾਰਦਵਾਜ ਦਾ ਦੋਸ਼ ਹੈ ਕਿ ਨਾ ਸਿਰਫ ਭਾਰਤ ਵਿੱਚ ਸਗੋਂ ਕਈ ਅੰਤਰਰਾਸ਼ਟਰੀ ਮੀਡੀਆ ਵਾਲੇ ਵੇਖ ਰਹੇ ਨੇ ਕਿ ਕਿਵੇਂ ਕੇਂਦਰ ਸਰਕਾਰ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਰਚ ਸਕਦੀ ਹੈ। ਉਹਨਾਂ ਕਿਹਾ ਕਿ ਤਿਹਾੜ ਜੇਲ੍ਹ ਦੇ DG ਨੇ ਕੱਲ੍ਹ ਏਮਜ਼ ਨੂੰ ਲਿਖਿਆ ਕਿ ਉਹਨਾਂ ਨੂੰ ਇੱਕ ਸ਼ੂਗਰ ਰੋਗ ਮਾਹਿਰ ਦੀ ਜ਼ਰੂਰਤ ਹੈ, ਜਿਸ ਨਾਲ ਭਾਜਪਾ ਬੇਨਕਾਬ ਹੋ ਗਈ ਹੈ, ਕਿਉਂਕਿ ਕੱਲ੍ਹ ਤੱਕ ਉਹ ਕਹਿ ਰਹੀ ਸੀ ਕਿ ਉਹਨਾਂ ਕੋਲ ਸਾਰੇ ਮਾਹਿਰ ਨਹੀਂ ਅਤੇ ਜੇਲ੍ਹ ਵਿੱਚ ਇੰਸੂਲਿਨ ਉਪਲਬਧ ਹੈ ਅਤੇ ਕੇਜਰੀਵਾਲ ਝੂਠ ਬੋਲ ਰਹੇ ਨੇ। ਮੈਂ ਅੱਜ ਆਪਕੋ ਇੱਕ ਐਸਾ ਸਬੂਤ ਦਿਖਾਨੇ ਜਾ ਰਹਾ ਹੂੰ ਜਿਸਸੇ ਭਾਰਤੀ ਜਨਤਾ ਪਾਰਟੀ ਕੀ ਕੇਂਦਰ ਸਰਕਾਰ ਪੂਰੇ ਦੇਸ਼ ਹੀ ਨਹੀਂ ਪੂਰੀ ਦੁਨੀਆ, ਕਿਉਂਕਿ ਆਜ ਬਹੁਤ ਸਾਰੇ ਇੰਟਰਨੈਸ਼ਨਲ ਮੀਡੀਆ ਕੇ ਸਾਥੀ ਵੀ ਇਹ ਦੇਖ ਰਹੇ ਹੈ ਕਿਸ ਤਰੀਕੇ ਸੇ ਚੁਣੇ ਹੋਏ ਮੁੱਖ ਮੰਤਰੀ ਕੀ ਹੱਤਿਆ ਕੀ ਸਾਜ਼ਿਸ਼ ਕੇਂਦਰ ਸਰਕਾਰ ਕਰ ਸਕਤੀ ਹੈ। ਯੇ ਕਹਿ ਰਹੇ ਹਮਾਰੇ ਯਹਾਂ ਸਪੈਸ਼ਲਿਸਟ ਹੈ, ਡਾਕਟਰ ਹੈ, ਦੇਖ ਰਹੇ ਹੈ ਅਰਵਿੰਦ ਕੇਜਰੀਵਾਲ ਜੀ ਕੋ ਕਿਆ ਦਿੱਕਤ ਹੈ। ਯੇ ਮੈਂ ਪੱਤਰ ਆਪਕੋ ਦਿਖਾ ਰਹਾ ਹੂੰ, ਯੇ ਕੱਲ ਕਾ ਪੱਤਰ ਹੈ। ਯੇ ਤਿਹਾੜ ਜੇਲ੍ਹ ਕੇ DG ਨੇ ਕੱਲ ਯਾਨੀ ਕਿ 20 ਅਪ੍ਰੈਲ ਕੋ ਏਮਸ ਕੋ ਲਿਖਾ ਹੈ ਔਰ ਕਹਾ ਹੈ ਕਿ ਹਮਕੋ ਏਕ ਡਾਇਬਟੋਲੋਜਿਸਟ ਇੱਕ ਸ਼ੂਗਰ ਯਾ ਡਾਇਬਟੀਜ਼ ਕੇ ਸਪੈਸ਼ਲਿਸਟ ਕੋ ਦੇ ਦਿਆ ਜਾਏ। ਆਜ ਭਾਰਤੀ ਜਨਤਾ ਪਾਰਟੀ ਕੀ ਕੇਂਦਰ ਸਰਕਾਰ ਸਭ ਕੇ ਸਾਹਮਣੇ ਐਕਸਪੋਜ਼ ਹੋ ਗਈ। ਕੱਲ ਤੱਕ ਇਹ ਲੋਕ ਕਹਿ ਰਹੇ ਤੇ ਹਮਾਰੇ ਪਾਸ ਸਾਰੇ ਸਪੈਸ਼ਲਿਸਟ ਹੈ, ਸਭ ਕੁਛ ਤੋਂ ਜੇਲ੍ਹ ਮੈਂ ਮੌਜੂਦ ਹੈ, ਹਸਪਤਾਲ ਹੈ, ਕਲੀਨਿਕ ਹੈ, ਬੈਡ ਹੈ, ਇੰਸੂਲਿਨ ਹੈ, ਸਭ ਕੁਛ ਹੈ। ਅਰਵਿੰਦ ਕੇਜਰੀਵਾਲ ਝੂਠ ਬੋਲ ਰਹੇ ਹੈ। ਕੱਲ ਤਿਹਾੜ ਜੇਲ੍ਹ ਕੇ DG ਨੇ 20 ਦਿਨ ਸੇ ਇਨਕੇ ਪਾਸ ਅਰਵਿੰਦ ਕੇਜਰੀਵਾਲ ਹੈ, ਮੁੱਖ ਮੰਤਰੀ ਹੈ, ਸੀਵੀਅਰ ਡਾਇਬਿਟਿਕ ਹੈ, ਰੋਜ਼ ਕਹਿ ਰਹੇ ਹੈ ਮੁਝੇ ਡਾਇਬਟੋਲੋਜਿਸਟ ਸੇ ਦਿਖਵਾਈਏ, ਮੁਝੇ ਇੰਸੂਲਿਨ ਕੀ ਜ਼ਰੂਰਤ ਹੈ। ਇੱਕ ਸਾਧਾਰਨ ਡਾਕਟਰ, ਮੁਝੇ ਨਹੀਂ ਮਾਲੂਮ ਵੋ ਕੌਣ ਹੈ ਔਰ ਕਿਸ ਤਰੀਕੇ ਸੇ ਵੋ ਜੇਲ੍ਹ ਮੇਂ ਹੈ, ਵਹਾਂ ਪੇ ਉਸਕੇ ਕਹਿਨੇ ਪੇ ਸਾਰਾ ਮੈਨੂਪੁਲੇਸ਼ਨ ਕੀਆ ਜਾ ਰਹਾ ਹੈ ਔਰ ਇੱਕ ਚੁਣੇ ਹੋਏ ਮੁੱਖ ਮੰਤਰੀ ਕੋ ਦਵਾ ਨਹੀਂ ਦੀ ਜਾ ਰਹੀ। ਮੈਂ ਇਹ ਮਾਨਤਾ ਹੂੰ ਕੇਂਦਰ ਸਰਕਾਰ ਅਰਵਿੰਦ ਕੇਜਰੀਵਾਲ ਜੀ ਕੀ ਸਭ ਕੇ ਸਾਹਮਣੇ ਹੱਤਿਆ ਕਰਨੇ ਕੀ ਸਾਜ਼ਿਸ਼ ਕਰ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਹਰ ਦਰਵਾਜ਼ਾ ਖਟਖਟਾ ਰਹੇ ਹੈਂ, ਚਾਹੇ ਉਹ ਤਿਹਾੜ ਜੇਲ੍ਹ ਕੇ ਡਾਕਟਰ ਕਾ ਦਰਵਾਜ਼ਾ ਹੋ, ਵਹਾਂ ਕੇ DG ਕਾ ਦਰਵਾਜ਼ਾ ਹੋ, ਕੇਂਦਰ ਸਰਕਾਰ ਕਾ ਦਰਵਾਜ਼ਾ ਹੋ ਯਾ ਵੋ ਕੋਰਟ ਕਾ ਦਰਵਾਜ਼ਾ ਹੋ, ਹਰ ਇੱਕ ਦਰਵਾਜ਼ਾ ਖਟਖਟਾ ਰਹੇ ਕਿ ਸਾਹਿਬ ਮੁਝੇ ਦਵਾ ਦੇ ਦੀਜੀਏ ਵਰਨਾ ਮੈਂ ਮਰ ਜਾਊਂਗਾ। ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗੱਠਜੋੜ ਦੀ ਸਰਕਾਰ ਉੱਤੇ ਨਿਸ਼ਾਨਾ ਬਿੰਨ੍ਹਿਆ। ਉਹਨਾਂ ਕਿਹਾ ਕਿ ਭਾਜਪਾ ਹੁਣ ਇੱਕ ਸਿਆਸੀ ਪਾਰਟੀ ਨਹੀਂ ਰਹੀ ਸਗੋਂ
ਇੱਕ ਅਜਿਹਾ ਪੰਥ ਬਣ ਗਈ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਜਾ ਕਰਦਾ ਹੈ। ਚਿਦੰਬਰਮ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਬਿੰਦਿਆਂ ਕਿਹਾ ਕਿ ਮੋਦੀ ਦੇ 10 ਸਾਲ ਦੇ ਸ਼ਾਸਨ ਵਿੱਚ ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਗੰਭੀਰ ਰੂਪ ਨਾਲ ਕਮਜ਼ੋਰ ਹੋਈ ਹੈ। ਉਹਨਾਂ ਨੇ ਲੋਕਾਂ ਨੂੰ ਲੋਕਤੰਤਰ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਚਿਦੰਬਰਮ ਨੇ ਕਿਹਾ ਕਿ ਭਾਵੇਂ ਹੀ ਕਾਂਗਰਸ ਦੇ ਮੈਨੀਫੈਸਟੋ ਵਿੱਚ ਵਿਵਾਦਪੂਰਨ ਨਾਗਰਿਕਤਾ ਸੋਧ ਐਕਟ ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਦੇ ਸੱਤਾ ਵਿੱਚ ਆਉਣ 'ਤੇ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ PDP ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਜੰਮੂ ਕਸ਼ਮੀਰ ਦੀ ਪਹਿਚਾਣ ਦੀ ਰੱਖਿਆ ਕਰਨ ਅਤੇ ਇਸ ਦੇ ਸਰੋਤਾਂ ਨੂੰ ਬਚਾਉਣ ਦਾ ਮੌਕਾ ਨੇ। ਜੰਮੂ ਕਸ਼ਮੀਰ ਰਾਜ ਦੀ ਸਾਬਕਾ ਮੁੱਖ ਮੰਤਰੀ ਅਨੰਤਨਾਗ ਰਜੌਰੀ ਚੋਣ ਖੇਤਰ ਤੋਂ ਚੋਣ ਲੜ ਰਹੀ ਹੈ। ਉਹਨਾਂ ਨੇ ਆਪਣੀ ਮੁਹਿੰਮ ਦੇ ਅਧੀਨ ਦੱਖਣ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਇੱਕ ਰੋਡ ਸ਼ੋਅ ਵਿੱਚ ਹਿੱਸਾ ਲਿਆ। PDP ਮੁਖੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਚੋਣ ਸੜਕ ਨਿਰਮਾਣ ਜਾਂ ਪਾਣੀ ਬਿਜਲੀ ਦੀ ਸਪਲਾਈ ਬਾਰੇ ਨਹੀਂ ਹੈ। ਇਹ ਚੋਣ ਜੰਮੂ ਕਸ਼ਮੀਰ ਦੀ ਪਹਿਚਾਣ, ਇਸ ਦੇ ਨੌਜਵਾਨਾਂ ਅਤੇ ਉਹਨਾਂ ਦੇ ਸਨਮਾਨ ਦੀ ਰੱਖਿਆ ਅਤੇ ਜੰਮੂ ਕਸ਼ਮੀਰ ਦੇ ਸਰੋਤਾਂ ਨੂੰ ਬਚਾਉਣ ਬਾਰੇ ਹੈ। ਮਹਿਬੂਬਾ ਨੇ ਕਿਹਾ ਕਿ ਪਹਿਲਗਾਮ ਦੇ ਲੋਕਾਂ ਨਾਲ ਉਹਨਾਂ ਨੂੰ ਵਿਸ਼ੇਸ਼ ਲਗਾਅ ਹੈ ਕਿਉਂਕਿ ਉਹਨਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਉਹਨਾਂ ਨਾਲ ਸਨੇਹ ਕਰਦੇ ਸਨ। ਅਨੰਤਨਾਗ ਰਜੌਰੀ ਚੋਣ ਖੇਤਰ ਵਿੱਚ 7 ਮਈ ਨੂੰ ਤੀਜੇ ਪੜਾਅ ਵਿੱਚ ਵੋਟਿੰਗ ਹੋਣ ਜਾ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਵੱਡੇ ਕਾਰਜ ਕਰ ਰਹੀ ਹੈ, ਜਿਸ ਨਾਲ ਪੰਜਾਬ ਵਿੱਚ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਰਿਹਾ ਹੈ। ਦੱਸ ਦਈਏ ਕਿ ਡਾਕਟਰ ਬਲਵੀਰ ਸਿੰਘ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟਸ ਬਨੂੜ ਦੇ 14ਵੇਂ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਕਨਵੋਕੇਸ਼ਨ ਵਿੱਚ ਕੁੱਲ 400 ਦੇ ਕਰੀਬ ਡਿਗਰੀਆਂ ਵੰਡੀਆਂ ਗਈਆਂ। ਦੇਖੋ, ਜਿਹੜੀ ਸਵਾਈਟ ਹੈ ਇਹ ਇੱਕ ਟੈਕਨੀਕਲ ਜਿਹੜੀ ਸਕਿੱਲ ਬੇਸਡ ਐਜੂਕੇਸ਼ਨ ਦਿੰਦੇ ਆ। ਜਿਹੜੇ ਬੱਚੇ ਇੱਥੋਂ ਕਰਕੇ ਜਾਂਦੇ ਆ ਉਹਨਾਂ ਦੀ ਇੰਪਲਾਇਮੈਂਟ ਮੈਨੂੰ ਦੱਸ ਰਹੇ ਸੀਗੇ ਆਸ਼ਮੀ ਜੀ ਕਿ ਆਲਮੋਸਟ 100% ਹੈ ਜੀ, ਅਤੇ ਬਹੁਤ ਅੱਛਾ ਇੱਕ ਗੁੱਡ ਐਗਜ਼ਾਮਪਲ ਹੈ ਜੀ। ਇਹਨਾਂ ਨੇ ਖੁਦ ਵੀ ਐਂਟਰਪ੍ਰਨੋਰ ਹੈ, ਇਹਨਾਂ ਨੇ ਇੱਕ ਛੋਟੇ ਜਿਹੇ ਕਿਤਾਬਾਂ ਦੀ ਦੁਕਾਨ ਤੋਂ ਸ਼ੁਰੂ ਕੀਤਾ ਸੀਗਾ, ਹੁਣ ਸਕੂਲ ਰਨ ਕਰ ਰਹੇ ਆ ਅਤੇ ਸੈਂਕੜੇ ਹਜ਼ਾਰਾਂ ਬੱਚਿਆਂ ਨੂੰ ਇਹ ਰੁਜ਼ਗਾਰ ਦੇ ਰਿਹਾ ਔਰ ਸਕਿੱਲ ਦੇ ਰਿਹਾ, ਜਿਹਦੇ ਨਾਲ ਮਤਲਬ ਜਿਹਦੇ ਕਰਕੇ ਬੱਚੇ ਜਾ ਕੇ ਜੋਬਸ ਨਹੀਂ ਭਰ ਰਹੇ, ਆਪਣੇ ਕੰਮ ਸ਼ੁਰੂ ਕਰ ਰਹੇ ਆ। ਐਂਡ ਦੈਟ ਇਜ਼ ਦਾ ਪਰਪਜ਼, ਅਸੀਂ ਇਹੋ ਜਿਹੇ ਇੰਟਰਪ੍ਰਾਈਜ਼ ਆ ਕੇ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ। ਸਗੋਂ ਅਸੀਂ ਚਾਹੁੰਦੇ ਹਾਂ ਕਿ ਬੱਚੇ ਵੀ ਇੱਥੋਂ ਸਿੱਖ ਕੇ ਜਿਹੜੇ ਇਸ ਤਰ੍ਹਾਂ ਆਉਣ, ਔਰ ਇਹਨਾਂ ਦੇ ਕੁਛ ਇੱਕ ਜਿਹੜੇ ਹੈਗੇ ਅਲੂਮਨਾ ਹੀ ਹੈਗੇ ਆ, ਸਾਡੇ MLA ਵੀ ਹੈਗੇ, ਉਹਨਾਂ ਨੇ ਮੈਨੂੰ ਦੱਸਿਆ, ਔਰ ਉਹਨਾਂ 'ਚੋਂ ਮਨਿਸਟਰ ਵੀ ਹੈਗੇ ਆ ਅਤੇ ਇਲੈਕਸ਼ਨ ਵੀ ਲੜ ਰਹੇ ਆ। ਸੋ ਇਟਸ ਅ ਵੈਰੀ ਗੁੱਡ ਐਗਜ਼ਾਮਪਲ ਜੀ ਬੱਚਿਆਂ ਵਾਸਤੇ ਜਿਹੜੇ ਹੈਗੇ ਆ। ਇਟਸ ਅ ਵੈਰੀ ਗੁੱਡ ਐਵੀਨਿਊ, ਬਾਹਰਲੀ ਸਟੇਟਸ ਤੋਂ ਆਉਂਦੇ ਆ, ਉਹਦੇ ਨਾਲ ਪੰਜਾਬ ਦਾ ਜਿਹੜਾ ਹੈਗਾ, ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਰੰਗਲਾ ਪੰਜਾਬ ਦਾ ਜਿਹੜਾ ਮਿਸ਼ਨ ਹੈ ਉਹਦੇ ਵਿੱਚ ਪਾਰਟੀਸਪੇਟ ਕਰ ਰਿਹਾ। ਮੈਂ ਉਹਨਾਂ ਨੂੰ ਵਧਾਈ ਦਿੰਦਾ, ਇਹਨਾਂ ਦੇ ਬੱਚਿਆਂ ਨੂੰ, ਖਾਸ ਕਰਕੇ ਜਿਹੜੇ ਅੱਜ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਲੈਣਗੇ, ਨਾਮ ਲੈਣਗੇ, ਉਹਨਾਂ ਦੇ ਪੇਰੈਂਟਸ ਨੂੰ, ਕਿਉਂਕਿ ਬਹੁਤ ਲੰਬੀ ਸਟਰਗਲ ਹੁੰਦੀ ਆ ਬੱਚੇ ਦੀ ਔਰ ਉਹਨਾਂ ਦੇ ਪੇਰੈਂਟਸ ਦੀ, ਉਹਨਾਂ ਦੀਆਂ, ਮੈਂ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਪਟਿਆਲਾ ਕੈਥਲ ਸਟੇਟ ਹਾਈਵੇ ਉੱਤੇ PRTC ਬੱਸ ਦੀ ਟਿੱਪਰ ਦੇ ਨਾਲ ਟੱਕਰ ਹੋਈ ਹੈ, ਜਿਸ ਵਿੱਚ ਬੱਸ ਕੰਡਕਟਰ ਸਮੇਤ 16 ਲੋਕ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਸਰਕਾਰੀ ਰਜਿੰਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ PRTC ਦੀ ਬੱਸ ਜੋ ਪਟਿਆਲਾ ਤੋਂ ਚੀਕਾ ਜਾ ਰਹੀ ਸੀ, ਜੌੜੀਆਂ ਸੜਕਾਂ ਨੇੜੇ ਬੱਸ ਟਿੱਪਰ ਦੇ ਨਾਲ ਟਕਰਾ ਗਈ, ਜਿਸ ਨਾਲ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ, ਪਰੰਤੂ ਨਾਲ ਬੈਠਾ ਕੰਡਕਟਰ ਸਤਨਾਮ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਟੱਕਰ ਹੋਣ ਨਾਲ ਬੱਸ ਦੀ ਫਰੰਟ ਸਾਈਡ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਕੰਡਕਟਰ ਕਾਫੀ ਸਮਾਂ ਫਸਿਆ ਰਿਹਾ ਅਤੇ ਲੋਕਾਂ ਨੇ ਬੜੀ ਮੁਸ਼ਕਤ ਨਾਲ ਉਸਨੂੰ ਬਾਹਰ ਕੱਢਿਆ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੇਖੋ ਜੀ, ਹਾਦਸਾ ਇਹ ਸਵੇਰੇ ਸਾਡੀ ਗੱਡੀ 5 ਵਜੇ ਚੱਲੀ ਸੀਗੀ ਪਾਤੜਾਂ ਤੋਂ, ਜਿਹਨੇ 7 ਵਜੇ ਆਪਣਾ ਚੀਕੇ ਦਾ ਗੇੜਾ ਲਾਉਣ ਵਾਸਤੇ ਜਾਣਾ ਸੀਗਾ ਅਤੇ ਉਹ ਰਾਹ 'ਚ ਜੋੜੀਆਂ ਕੋਲ ਜਾਂਦੇ ਚੀਕਾ ਉੱਥੇ ਜਿਹੜੀ ਹਾਦਸਾਗ੍ਰਸਤ ਹੋ ਗਈ ਗੱਡੀ ਸਾਡੀ, ਅਤੇ ਜਿਹਦੇ ਵਿੱਚ ਸਵਾਰੀਆਂ ਨੂੰ ਕਾਫੀ ਸੱਟਾਂ ਅਤੇ ਕੰਡਕਟਰ ਡਰਾਈਵਰ ਨੂੰ ਜਿਹੜੀਆਂ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ। ਕਾਹਦੇ 'ਚ ਲੱਗੀ ਗੱਡੀ ਜੀ? ਇਹ ਜੀ ਟਿੱਪਰ ਜੀ ਸੜਕ 'ਤੇ ਖੜਿਆ ਹੋਇਆ ਜੀ, ਅਤੇ ਵਿਚਕਾਰ ਹੀ ਖੜਿਆ ਸੀਗਾ ਟਿੱਪਰ ਸੜਕ ਦੇ,
ਤੇ ਉਹਦੇ ਕਰਕੇ ਵੀ ਜ਼ਿਆਦਾ ਐਕਸੀਡੈਂਟ ਦਾ ਕਾਰਨ ਬਣਿਆ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਦੇ ਰਜਿੰਦਰ ਹਸਪਤਾਲ ਵਿੱਚ ਪਹੁੰਚ ਕੇ ਬੱਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਹਾਲਚਾਲ ਜਾਣਿਆ। ਇਸ ਮੌਕੇ ਉਹਨਾਂ ਕਿਹਾ ਕਿ ਜ਼ਖਮੀਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਮੈਨੂੰ ਨਾ ਖਬਰ ਮਿਲੀ ਸੀ ਕਿ ਸਨੌਰ ਰੋਡ ਦੇ ਉੱਤੇ ਇੱਕ ਬੱਸ ਦੇ ਵਿੱਚ ਔਰ ਟੈਂਕਰ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਏ ਆ। ਉਸ ਵੇਲੇ ਮੈਂ ਸਾਰੀ ਇਨਫੋਰਮੇਸ਼ਨ ਗੈਦਰ ਕੀਤੀ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ, ਪੁਲਿਸ ਦੇ ਨਾਲ ਔਰ ਸਾਰਿਆਂ ਦੇ ਨਾਲ। ਅਤੇ ਜਿਹੜੀ ਆਪਣੇ ਸਾਡਾ ਨਵਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਜਿਹੜਾ ਕੀਤਾ ਸੀਗਾ ਨਾ ਜੀ, ਦੇਖੋ ਤੁਹਾਡੇ ਸਾਹਮਣੇ ਆ ਜੀ, ਉਹ ਇਮੀਡੀਏਟਲੀ 16 ਪੇਸ਼ੈਂਟਸ, ਮਤਲਬ ਬਹੁਤ ਜ਼ਿਆਦਾ ਮਤਲਬ ਭਿਆਨਕ ਐਕਸੀਡੈਂਟ ਸੀਗਾ, 16 ਮਰੀਜ਼ ਉਹਨਾਂ ਨੇ ਰਜਿੰਦਰਾ ਹਸਪਤਾਲ 'ਚ ਲਿਆਂਦੇ ਅਤੇ ਉਹ ਸਾਰੇ ਇੱਥੇ ਦਾਖਲ ਹੈ ਜੀ। ਉਹਨਾਂ 'ਚੋਂ ਕੁਛ ਪੇਸ਼ੈਂਟ ਸੀਰੀਅਸ ਸੀਗੇ ਜਿਨ੍ਹਾਂ ਦਾ ਮਤਲਬ ਸੀਟੀ ਹੋ ਗਿਆ ਹੈਗਾ, ਉਹਨਾਂ ਨੂੰ ਬਲੱਡ ਲੋਸ ਵੀ ਸੀਗਾ। ਅਤੇ ਜੇ ਮਤਲਬ ਉਹਦੇ ਜਿਹੜੀ ਸੜਕ ਸੁਰੱਖਿਆ ਫੋਰਸ ਕਰਕੇ ਇਮੀਡੀਏਟ ਐਂਬੂਲੈਂਸ ਆ ਗਈ ਔਰ ਇਮੀਡੀਏਟ ਉਹਨਾਂ ਨੂੰ ਮੈਡੀਕਲ ਏਡ ਮਿਲ ਗਈ, ਜਿਹੜੀ ਸਾਡੀ ਫਰਿਸ਼ਤੇ ਸਕੀਮ ਦੀ ਆ, ਉਹਦੇ ਕਰਕੇ 16 ਬੰਦਿਆਂ ਨੂੰ ਮੈਡੀਕਲ ਏਡ ਮਿਲੀ, ਬਟ 2-3 ਬੰਦਿਆਂ ਦੀ ਜਾਨ ਵੀ ਬਚੀ ਆ ਜਿਨ੍ਹਾਂ ਦਾ ਬਲੱਡ ਲੋਸ ਜ਼ਿਆਦਾ ਸੀ ਜਾਂ ਹੈਡ ਇੰਜਰੀ ਸੀ। ਉਹਨਾਂ ਨੂੰ ਸਾਰੇ ਜਿਹੜੇ ਸਾਰੇ ਸਪੈਸ਼ਲਿਸਟ ਆ, ਇੰਕਲੂਡਿੰਗ ਜਿਹੜੇ ਬ੍ਰੇਨ ਦੇ ਨਿਊਰੋ ਸਰਜਨ ਆ, ਉਹਨਾਂ ਦੀ ਮੋਨੀਟਰਿੰਗ ਕਰ ਰਹੇ ਆ। ਸੋ ਇਹਦਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਸੀ ਜਾਂ ਸਕੀਮ ਦੀ ਜਿਹੜੀ ਸਾਡੀ ਜੋ ਸਾਡਾ ਸਕੀਮ ਦਾ ਮੰਤਵ ਸੀਗਾ ਫਰਿਸ਼ਤੇ ਸਕੀਮ ਦਾ, ਸੜਕ ਸੁਰੱਖਿਆ ਫੋਰਸ ਦਾ, ਉਹਨੂੰ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਔਰ ਜਾਨਾਂ ਵੀ ਬਚ ਰਹੀਆਂ। ਬਿਲਕੁਲ ਬਿਲਕੁਲ ਫ੍ਰੀ ਆ ਜੀ, ਮੈਂ ਅੰਦਰ ਜਾ ਕੇ ਆਇਆ ਅਤੇ ਤੁਹਾਨੂੰ ਅਸੀਂ ਉਹਦੀ ਫੁਟੇਜ ਵੀ ਦੇ ਦਾਂਗੇ। ਮੈਂ ਸਾਰਿਆਂ ਦੇ ਅਟੈਂਡੈਂਟ ਨਾਲ ਗੱਲ ਕੀਤੀ ਆ, ਸਾਰਿਆਂ ਨੇ ਕਿਹਾ ਜੀ ਸਾਨੂੰ ਲੈ ਕੇ ਵੀ ਆਪਣੇ ਆਪ ਆਏ ਆ, ਤੁਰੰਤ ਲੈ ਕੇ ਆਏ ਆ ਸੜਕ ਸੁਰੱਖਿਆ ਫੋਰਸ ਵਾਲੇ, ਐਂਬੂਲੈਂਸ ਵਾਲੇ ਔਰ ਅੱਗੇ ਜਿਹੜਾ ਰਜਿੰਦਰਾ ਹਸਪਤਾਲ ਹੈ ਇਹਨਾਂ ਦੇ ਸਟਾਫ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਅਟੈਂਡ ਕੀਤਾ, ਕਿਸੇ ਦਾ ਕੋਈ ਨਿੱਕਾ ਪੈਸਾ ਖਰਚ ਨਹੀਂ ਹੋਇਆ ਔਰ ਸੀ ਟੀ ਸਕੈਨ ਤੱਕ ਸਾਰਾ ਕੁਛ ਜਿਹੜਾ ਹੈਗਾ A-to-Z ਸਾਰਾ ਫ੍ਰੀ ਹੈ ਜੀ। ਅਗਰਵਾਲ ਧਰਮਸ਼ਾਲਾ ਬਰਨਾਲਾ ਵਿਖੇ ਭਾਜਪਾ ਨੇਤਾ ਅਰਵਿੰਦ ਖੰਨਾ ਦਾ ਕੁਝ ਸੰਗਠਨਾਂ ਵੱਲੋਂ ਸਨਮਾਨ ਰੱਖਿਆ ਗਿਆ ਸੀ, ਜਿਸ ਦੀ ਭਿਣਕ ਜਦੋਂ ਕਿਸਾਨਾਂ ਨੂੰ ਲੱਗੀ ਤਾਂ ਉਹਨਾਂ ਨੇ ਕਾਫਲਾ ਲੈ ਕੇ ਜੋੜੇ ਪੈਟਰੋਲ ਪੰਪ ਦੇ ਕੋਲ ਭਾਜਪਾ ਨੇਤਾ ਅਰਵਿੰਦ ਖੰਨਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕੀ ਰੱਖਿਆ। ਅਗਰਵਾਲ ਧਰਮਸ਼ਾਲਾ ਵਿੱਚ ਪਹੁੰਚੇ ਭਾਜਪਾ ਨੇਤਾ ਅਰਵਿੰਦ ਖੰਨਾ ਨੇ ਕਿਹਾ ਕਿ ਜੋ ਲੋਕ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਬਲਕਿ ਇੱਕ ਸਿਆਸੀ ਧਿਰ ਦੇ ਵਰਕਰ ਨੇ। ਉਹਨਾਂ ਕਿਹਾ ਕਿ ਕਿਸਾਨ ਤਾਂ ਬੀਜੇਪੀ ਦੇ ਸਮਰਥਨ ਵਿੱਚ ਨੇ। ਅੱਜ ਅਸੀਂ ਅਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ, ਪਰ ਅਸੀਂ ਸਾਰੇ ਜ਼ਿਲ੍ਹੇ 'ਚੋਂ ਜਿਹੜੇ ਆਪਦੇ ਕਿਸਾਨ ਸੀ ਕਚਹਿਰੀ ਚੌਂਕ 'ਚ ਇਕੱਠੇ ਸੀ, ਇੱਥੇ ਤਾਂ ਖੜ੍ਹਾ ਆ ਸੜਕ 'ਤੇ, ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ, ਅਤੇ ਇੱਥੇ ਪੁਲਿਸ ਨੇ ਗੱਡੀਆਂ ਟੇਢੀਆਂ ਕਰਕੇ ਸਾਡੇ ਸਾਧਨ ਰੋਕਿਆ, ਪੁਲਿਸ ਦਾ ਨਾਕਾ ਲੱਗਿਆ ਹੋਇਆ, ਅਸੀਂ ਆਪਦਾ ਪ੍ਰਦਰਸ਼ਨ ਕਰਨ ਲਈ ਖੜ੍ਹੇ ਹੈ, ਸਾਡਾ ਕੋਈ ਸੜਕ ਜਾਮ ਕਰਨ ਦਾ ਮਸਲਾ ਨਹੀਂ ਸੀ। ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ, ਅਸੀਂ ਸਮਝਦੇ ਹਾਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਚੁੱਕਿਆ, ਅਸੀਂ ਆਪਦਾ ਵਿਰੋਧ ਪ੍ਰਦਰਸ਼ਨ ਕਰਨ 'ਚ ਪੂਰਾ ਸਫਲ ਹੋਏ ਹੈ, ਅਤੇ ਆਉਣ ਵਾਲੇ ਦਿਨਾਂ 'ਚ ਆਹ ਕੰਮ ਨਿਬੜ ਜਾਣਾ ਹੈ। ਆਉਣ ਵਾਲੇ ਦਿਨਾਂ 'ਚ ਅਰਵਿੰਦ ਖੰਨੇ ਵਰਗਿਆਂ ਦੀ ਪਲੀਟ ਦੇਖਿਓ ਪੈਂਦੀ, ਪਿੰਡਾਂ 'ਚੋਂ ਇਹਨਾਂ ਦੀ ਰੇਸ ਲਵਾਵਾਂਗੇ, ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ, ਸਾਡੇ ਕਿਸਾਨਾਂ ਨੂੰ ਕਿੱਲ ਗੰਢਿਆ, ਕੰਧਾਂ ਗੰਢਿਆ, ਅਸੀਂ ਕਿੱਲ 'ਤੇ ਕੰਧਾਂ ਨਹੀਂ ਗੱਡਾਂਗੇ, ਅਸੀਂ ਬੰਦਿਆਂ ਦੀਆਂ ਕੰਧਾਂ ਖੜੀਆਂ ਕਰਾਂਗੇ। ਇਹਨਾਂ ਦੇ ਮੂਹਰੇ ਵੀ ਸਾਡੇ ਉੱਤੋਂ ਦੀ ਗੱਡੀਆਂ ਲੰਘਾ ਕੇ ਪਿੰਡਾਂ ਦੀਆਂ ਸੱਥਾਂ 'ਚ ਜਾਵੜੋ, ਨਹੀਂ ਇਹਨਾਂ ਨੂੰ ਸੱਥਾਂ 'ਚ ਵੜਨ ਨਹੀਂ ਦੇਵਾਂਗੇ ਲੋਕਾਂ ਦੀ ਕਾਤਲ ਸਰਕਾਰ ਨੂੰ। ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੋਰਨ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਪਰਿਵਾਰ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ। ਜੋ ਆਪਣੇ ਕਿਸਾਨ ਹਨ ਉਹ ਬਿਲਕੁਲ ਮਿਹਨਤ ਕਰ ਰਹੇ, ਕੰਮ ਕਰ ਰਹੇ ਔਰ ਭਾਰਤੀ ਜਨਤਾ ਪਾਰਟੀ ਪੰਜਾਬ, ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ। ਕਿਸਾਨਾਂ ਦੀ ਆਮਦਨੀ ਵਧਾਉਣ ਦੇ ਪੂਰੇ ਉਪਰਾਲੇ ਚੱਕਾਂਗੇ ਆਪਾਂ
ਔਰ ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਅਗਲੀ ਸਰਕਾਰ ਦੇ ਵਿੱਚ ਕਿਸਾਨਾਂ ਦੀ ਆਪਾਂ ਮਦਦ ਕਰਾਂਗੇ। ਗੈਂਗਸਟਰਾਂ ਦੇ ਖਿਲਾਫ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜੱਗੋ ਭਗਵਾਨਪੁਰੀ ਗੈਂਗ ਦੇ 3 ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 3 ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਜੱਗੋ ਭਗਵਾਨਪੁਰੀ ਗੈਂਗ ਦੇ 3 ਗੈਂਗਸਟਰ ਸ਼ਹਿਰ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਨੇ। ਉਹਨਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਾਲ ਵਿਛਾ ਕੇ ਗੁਰਦੁਆਰਾ ਅਰਬਨ ਅਸਟੇਟ ਫੇਜ਼ 1 ਦੇ ਨੇੜਿਓਂ ਲਲਿਤ ਉਰਫ ਲੱਕੀ ਨੂੰ ਇੱਕ ਦੇਸੀ ਪਿਸਟਲ ਸਮੇਤ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸਦੇ ਦੋਸਤਾਂ ਨਿਖਿਲ ਉਰਫ ਭੋਲੂ ਅਤੇ ਪਾਰਸਦੀਪ ਨੇ ਅੰਮ੍ਰਿਤਸਰ ਵਿਖੇ ਰਾਜਦੀਪ ਸੇਠੀ ਉਰਫ ਵੀਨੂ ਦਾ ਕਤਲ ਕੀਤਾ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਨਿਖਿਲ ਉਰਫ ਭੋਲੂ ਅਤੇ ਪਾਰਸਦੀਪ ਸਿੰਘ ਨੂੰ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਹਨਾਂ ਕੋਲੋਂ 2 ਗੈਰ ਕਾਨੂੰਨੀ ਦੇਸੀ ਹਥਿਆਰ ਬਰਾਮਦ ਕੀਤੇ ਗਏ ਨੇ। ਉਹਨਾਂ ਇਹ ਵੀ ਦੱਸਿਆ ਕਿ ਨਿਖਿਲ ਅਤੇ ਪਾਰਸਦੀਪ ਦੋਵੇਂ ਜੱਗੋ ਭਗਵਾਨਪੁਰੀ ਗੈਂਗ ਵਿੱਚ ਸਰਗਰਮੀ ਨਾਲ ਕੰਮ ਕਰਦੇ ਨੇ। ਸਵਪਨ ਸ਼ਰਮਾ ਨੇ ਕਿਹਾ ਕਿ ਉਹਨੇ ਵਿਰੋਧੀ ਗਰੋਹ ਦੇ ਮੈਂਬਰਾਂ ਨੂੰ ਖਤਮ ਕਰਨ ਲਈ ਹਥਿਆਰ ਖਰੀਦੇ ਸਨ ਅਤੇ ਇਸ ਮਾਮਲੇ ਦੀ ਉਹਨਾਂ ਵੱਲੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ। ਇਹ 3 ਵਿਅਕਤੀ ਗ੍ਰਿਫਤਾਰ ਹੋਏ ਨੇ, ਅਰਲੀ 20s 'ਚ ਹੈ, 3 ਮੁੰਡੇ। ਇੱਕ ਤਾਂ ਨਿਖਿਲ ਹੈ, ਦੂਜਾ ਪਾਰਸ, ਇਹ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ। ਇਹ ਦੋਨਾਂ ਨੂੰ ਮਿਲਾ ਕੇ 20 ਦੇ ਕਰੀਬ ਮੁਕੱਦਮੇ ਦਰਜ ਹੈ ਅਤੇ ਮਰਡਰ ਅਟੈਂਪਟ ਟੂ ਮਰਡਰ ਦੇ, ਡਕੈਤੀ ਦੇ। ਤੀਜਾ ਬੰਦਾ ਜਿਹੜਾ ਉਹ ਜਲੰਧਰ ਦਾ ਰਹਿਣ ਵਾਲਾ ਹੈ, ਉਹਦਾ ਨਾਂ ਲਲਿਤ ਉਰਫ ਲੱਕੀ ਹੈ। ਇਹਦੇ 'ਤੇ ਕੋਈ ਪਰਚਾ ਦਰਜ ਨਹੀਂ ਹੈ। ਇੱਕ 3 ਮਹੀਨੇ ਮਰਡਰ ਹੋਇਆ ਸੀਗਾ ਪੁਲਿਸ ਸਟੇਸ਼ਨ ਤੋਂ ਬਾਹਰ ਅੰਮ੍ਰਿਤਸਰ। ਉਹਦੇ 'ਚ ਰਾਜਦੀਪ ਨਾਂ ਦਾ ਇੱਕ ਵਿਅਕਤੀ ਸੀਗਾ, ਉਹਨੂੰ ਗੋਲੀਆਂ ਮਾਰੀ ਸੀਗੀਆਂ। ਉਹਦੇ ਵਿੱਚ ਜਿਹੜੇ ਪ੍ਰਾਈਮ ਐਕਿਊਜ਼ ਸੀਗੇ ਉਹ ਪਾਰਸ ਅਤੇ ਨਿਖਿਲ ਸੀ। ਇਹ ਭੱਜ ਗਏ ਸੀਗੇ ਉਦੋਂ, ਇੱਕ ਬੰਦਾ ਸ਼ਾਇਦ ਗ੍ਰਿਫਤਾਰ ਹੋਇਆ ਸੀ। ਭੱਜ ਕੇ ਥੋੜ੍ਹੇ ਦਿਨ ਇਹ ਜਲੰਧਰ ਵੀ ਰਹੇ, ਫਿਰ ਇਹ MP ਚਲੇ ਗਏ। ਪਹਿਲਾਂ ਇਹ ਜੇਲ੍ਹ 'ਚ ਲੈ ਕੇ ਆਏ ਹੈ ਅਤੇ ਇਹਨਾਂ ਦਾ ਕੋਈ ਕੇਸਵਾਰ ਸੀਗਾ, ਕੇਸਵਾਰ ਕੋਈ ਜੇਲ੍ਹ 'ਚ ਕੋਈ ਬੰਦਾ ਮਿਲਿਆ ਸੀਗਾ MP ਦਾ, ਉਹਦੇ ਕੋਲ ਚਲੇ ਗਏ ਸੀ। ਇਹਨਾਂ ਨੇ 3 ਵੇਪਨ ਉੱਥੋਂ MP ਤੋਂ ਪ੍ਰੋਕਿਓਰ ਕੀਤੇ ਅਤੇ ਰਾਈਵਲ ਗਰੁੱਪ ਦੇ ਇੱਕ ਬੰਦੇ ਦੀ ਇਹਨਾਂ ਨੇ ਰੈਕੀ ਕੀਤੀ ਹੋਈ ਸੀਗੀ। ਇਹ ਵੈਪਨ ਉਹਨੂੰ ਐਲੀਮੀਨੇਟ ਕਰਨ ਲਈ ਲੈ ਕੇ ਆਏ ਸੀਗੇ। 3 ਵੈਪਨ ਵੀ ਰਿਕਵਰ ਹੋਏ ਇਹਨਾਂ ਤੋਂ ਅਤੇ ਜੱਗੂ ਦੇ ਨਾਲ ਐਸੋਸੀਏਟਿਡ ਹੈ। ਫਿਰੋਜ਼ਪੁਰ ਦੇ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਿੱਥੇ ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਪੀੜਤ ਔਰਤਾਂ ਨੇ ਦੋਸ਼ ਲਗਾਇਆ ਕਿ ਹਮਲਾਵਰ ਉਹਨਾਂ ਦੀਆਂ ਲੜਕੀਆਂ ਉੱਤੇ ਬੁਰੀ ਨਜ਼ਰ ਰੱਖਦੇ ਸਨ ਅਤੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਉੱਤੇ ਮੁਲਜ਼ਮਾਂ ਨੇ ਉਹਨਾਂ ਦੇ ਪਰਿਵਾਰ ਉੱਤੇ ਘਰ ਵੜ ਕੇ ਹਮਲਾ ਕੀਤਾ ਹੈ ਅਤੇ ਉਹਨਾਂ ਦੇ ਸਮਾਨ ਦੀ ਵੀ ਭੰਨਤੋੜ ਕੀਤੀ ਗਈ ਹੈ। ਉਹਨਾਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਪਾਸੋਂ ਚੋਰੀ ਦੇ 2 ਮੋਟਰਸਾਈਕਲ ਅਤੇ ਇੱਕ ਈ-ਰਿਕਸ਼ਾ ਬਰਾਮਦ ਕੀਤਾ ਗਿਆ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਸਨੀ ਅਤੇ ਗੌਰਵ ਕੁਮਾਰ ਵਜੋਂ ਹੋਈ ਹੈ, ਜਿਨ੍ਹਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਥਾਣਾ ਏ ਡਿਵੀਜ਼ਨ ਕੋਤਵਾਲੀ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਵੱਲੋਂ ਦਰਬਾਰ ਸਾਹਿਬ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਨ ਵਾਲੇ 2 ਨੌਜਵਾਨਾਂ ਨੂੰ 4 ਘੰਟਿਆਂ ਵਿੱਚ ਕਾਬੂ ਕੀਤਾ ਗਿਆ। ACP ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਜੁਗਰਾਜ ਸਿੰਘ ਅਤੇ ਹਰਵਿੰਦਰ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਪਾਸੋਂ ਚੋਰੀ ਦੇ 6 ਮੋਟਰਸਾਈਕਲ ਬਰਾਮਦ ਕੀਤੇ ਗਏ। ਉਹਨਾਂ ਕਿਹਾ ਕਿ ਇਹਨਾਂ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਾਡੇ ਕੋਤਵਾਲੀ ਜਿਹੜੇ SHO ਨੇ ਮਨਜੀਤ ਕੌਰ, ਚੌਂਕੀ ਇੰਚਾਰਜ ਗਲਿਆਰਾ ਬਲਜਿੰਦਰ ਸਿੰਘ ਹੋਰਾਂ ਨੇ, ਕੱਲ੍ਹ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚੋਂ। ਉਹ ਚੋਰ ਫੜੇ ਨੇ ਇਹਨਾਂ ਨੇ ਔਰ ਉਹ
ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ। ਉਸ ਤੋਂ ਇਲਾਵਾ 5 ਮੋਟਰਸਾਈਕਲ ਉਹਨਾਂ ਤੋਂ ਹੋਰ ਰਿਕਵਰ ਕੀਤੇ ਗਏ ਨੇ। ਟੋਟਲ 6 ਮੋਟਰਸਾਈਕਲ ਜਿਹੜੇ ਆ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਖਿਲਾਫ਼ ਜਿਹੜਾ ਮੁਕੱਦਮਾ ਨੰਬਰ 53 ਜਿਹੜਾ ਵਾ 379411 ਦਾ ਜਿਹੜਾ ਦਰਜ ਕੀਤਾ ਗਿਆ। ਔਰ ਇਹ ਜਿਹੜੇ ਦੋ ਚੋਰ ਨੇ, ਇੱਕ ਜਗਰਾਜ ਸਿੰਘ ਆ ਜੀ ਅਤੇ ਦੂਜਾ ਹੈਗਾ ਜੀ ਹਰਵਿੰਦਰ ਸਿੰਘ, ਇਹ ਅਜਨਾਲਾ ਸਾਈਡ ਦਾ ਰਹਿਣ ਵਾਲਾ ਇੱਕ ਜਣਾ ਅਤੇ ਇੱਕ ਜਣਾ ਜਿਹੜਾ ਹੈਗਾ ਜੀ ਗੁਮਟਾਲਾ ਸਾਈਡ ਦਾ ਰਹਿਣ ਵਾਲਾ। ਮੋਡਸ ਬ੍ਰੈਂਡੀ ਇੱਦਾਂ ਹੈ ਜੀ, ਜਿੱਦਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ, ਇਹ ਵੀ ਜਿਹੜਾ ਪਲਵਿੰਦਰ ਸਿੰਘ ਨਾਂ ਦਾ ਜਿਹੜਾ ਟਪਈ ਦਾ ਰਹਿਣ ਵਾਲਾ ਸੀ ਮੱਥਾ ਟੇਕਣ ਆਇਆ ਸੀ। 71 ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾਇਆ, ਅੰਦਰ ਮੱਥਾ ਟੇਕਣ ਚਲਾ ਗਿਆ ਔਰ ਬਾਹਰ ਇਹਨਾਂ ਕੋਲ ਚਾਬੀਆਂ ਹੁੰਦੀਆਂ ਜੀ, ਡੁਪਲੀਕੇਟ ਚਾਬੀ ਲਾ ਕੇ ਅਤੇ ਮੋਟਰਸਾਈਕਲ ਉੱਥੋਂ ਚੋਰੀ ਕਰਕੇ ਲੈ ਗਏ ਸੀ ਜੀ। ਉਸ ਤੋਂ ਬਾਅਦ 4 ਘੰਟੇ ਦੇ ਵਿੱਚ ਹੀ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ, ਲੰਗਰ ਹਾਲ ਵਾਲੀ ਜਿਹੜੀ ਏਰੀਆ ਉੱਧਰ। ਦਿੱਲੀ ਦੇ ਗੁਰਦੁਆਰਾ ਮਾਈ ਦਾ ਜੰਗਪੁਰਾ ਏ ਵਿਖੇ ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨ ਜਥਿਆਂ ਨੇ ਸੰਗਤ ਨੂੰ ਹਰ ਜਸ ਨਾਲ ਨਿਹਾਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਲਵਾਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਧੀਰ, ਮੈਂਬਰ ਪਰਮਜੀਤ ਸਿੰਘ ਕੰਧਾਰੀ ਮੌਜੂਦ ਰਹੇ। ਅੱਜ ਅਸੀਂ ਵਿਸਾਖੀ ਦੇ 325 ਸਾਲ ਦਾ ਕਰੋਨਾ ਉਹਦੀ ਖੁਸ਼ੀ ਜਾਂ ਇੱਥੇ ਨਗਰ ਕੀਰਤਨ ਦਰਬਾਰ ਹੋ ਰਿਹਾ, ਇਸ ਖੁਸ਼ੀ ਸਭ ਕੀਰਤਨ ਦਰਬਾਰ ਕਰ ਰਹੇ ਹਾਂ। ਗੁਰੂ ਪਿਆਰਿਓ, ਅੱਜ ਅਸੀਂ 325 ਸਾਲਾਂ ਵਿਸਾਖੀ ਦਾ ਦਿਹਾੜਾ, ਖਾਲਸਾ ਸਾਜਣਾ ਦਿਵਸ, ਜੰਗਪੁਰਾ ਏ ਮਾਈ ਦੇ ਗੁਰਦੁਆਰੇ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾ ਰਹੇ ਹਾਂ। ਇਹ ਸਾਰਾ ਸਹਿਯੋਗ ਜੰਗਪੁਰਾ ਏ ਦੀ ਸਾਰੀ ਸੰਗਤ ਨੇ ਦਿੱਤਾ ਹੈ, ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ। ਅੱਜ ਉਹ ਦਿਹਾੜਾ ਜੇ ਅਸੀਂ ਯਾਦ ਕਰੀਏ ਆਪਣੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਜਿਨ੍ਹਾਂ ਨੇ ਸਾਰਾ ਸਰਬੰਸ ਦੇ ਦਿੱਤਾ, ਸਾਰਾ ਸਰਬੰਸ ਦੇ ਕੇ ਇਹ ਸਾਨੂੰ ਗੁਰਸਿੱਖੀ ਜੀਵਨ ਦਿੱਤਾ ਜੇ। ਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਪੀਓ ਸਦਾ ਚਿਰ ਜੀਵੋ, ਇਹ ਅੰਮ੍ਰਿਤ ਪੀਣਾ ਹੈ ਅਸੀਂ। ਕਿਹੜਾ ਅੰਮ੍ਰਿਤ? ਅੰਮ੍ਰਿਤ ਕੀ ਹੁੰਦਾ ਹੈ? ਅੰਮ੍ਰਿਤ ਹੈ ਗੁਰੂ ਦੀ ਬਾਣੀ, ਇਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ। ਜਦ ਬਾਣੀ ਸਾਡੇ ਹਿਰਦੇ ਦੇ ਵਿੱਚ ਵਸੇਗੀ ਨਾ, ਤਾਂ ਯਕੀਨ ਕਰਨਾ ਅਸੀਂ ਦਸਮ ਪਿਤਾ ਜਿਨ੍ਹਾਂ ਨੇ ਸਾਨੂੰ ਐਡੀ ਵੱਡੀ ਦਾਤ ਬਖਸ਼ੀ ਹੈ ਨਾ, ਤਾਂ ਹੀ ਅਸੀਂ ਸ਼ੁਕਰਾਨਾ ਕਰ ਸਕਦੇ ਹਾਂ। ਦਾਸ ਤਾਂ ਸਿਰਫ ਇੱਕੋ ਬੇਨਤੀ ਕਰਦਾ ਜੇ ਗੁਰੂ ਪਿਆਰਿਓ, ਜਿਹੜੇ ਗੁਰਪੁਰਬ ਮਨਾਉਂਦੇ ਹੋ ਨਾ, ਤਾਂ ਅਗਲੀ ਵਾਰੀ ਜਦ ਆਪਾਂ ਗੁਰਪੁਰਬ ਮਨਾਈਏ ਨਾ, ਤਾਂ ਕਾਫ਼ੀ ਸਾਨੂੰ ਬਦਲਾਅ ਨਜ਼ਰ ਆਏ, ਕਾਫ਼ੀ ਪਰਿਵਰਤਨ ਨਜ਼ਰ ਆਵੇ ਕਿ ਗੁਰੂ ਦੇ ਪਿਆਰੇ ਕਈ ਸਿੱਖ ਹਨ ਅਤੇ ਗੁਰੂ ਵਾਲੇ ਬਣੇ ਹਨ। ਅੰਮ੍ਰਿਤ ਛਕੋ, ਕੱਲ੍ਹ ਅੰਮ੍ਰਿਤ ਸੰਚਾਰ ਵੀ ਹੋਣਾ ਜੇ ਇੱਕ ਦਮਦਮਾ ਸਾਹਿਬ ਗੁਰਦੁਆਰੇ ਵਿਖੇ, ਅਤੇ ਗੁਰੂ ਮਹਾਰਾਜ ਕਿਰਪਾ ਕਰਨ, ਸਾਰੇ ਹੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਗੁਰਸਿੱਖ ਬਣੀਏ। ਇਹ ਦੀਵਾਨ ਜਿਹੜਾ ਸਜਿਆ ਨਾ ਬਾਹਰ, ਇਹ ਗੁਰੂ ਦੀ ਬਾਣੀ ਦੇ ਨਾਲ ਦੇਖੋ ਕਿਤਨਾ ਆਨੰਦ ਆ ਰਿਹਾ ਹੈ, ਸਾਰੀ ਸੰਗਤ ਆਨੰਦ ਮਾਣ ਰਹੀ ਜੇ। ਇਹ ਭੋਜਨ ਬੜਾ ਚੰਗਾ ਹੁੰਦਾ ਜੇ, ਦੁਨਿਆਵੀ ਭੋਜਨ ਆਪਾਂ ਛੱਕਦੇ ਹਾਂ ਨਾ, ਉਹ ਸਾਡੇ ਪੇਟ ਨੂੰ ਭਰਦਾ ਜੇ, ਲੇਕਿਨ ਸਾਡੇ ਮਨ ਨੂੰ, ਸਾਡੇ ਮਨ ਦੀ ਸ਼ਾਂਤੀ ਦੇਣ ਲਈ ਇਹ ਬਾਪ ਗੁਰੂ ਆਪਣਾ ਇਹ ਜਿਹੜਾ ਨਾਮ ਜੇ ਨਾ, ਨਾਮ ਇਹ ਨਾਮ ਸਾਡੇ ਅੰਦਰ ਵਸ ਗਿਆ ਅਤੇ ਸਮਝ ਲੈਣਾ ਸਾਡਾ ਮਨੁੱਖਾ ਜੀਵਨ ਜਿਹੜਾ 84 ਲੱਖ ਜੂਨਾਂ ਤੋਂ ਬਾਅਦ ਮਿਲਿਆ, ਉਹ ਸਫਲ ਹੋ ਜਾਵੇਗਾ ਜੇ। ਮੈਂ ਇੱਕ ਵਾਰੀ ਫਿਰ ਸਾਰੀ ਸਾਧ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਵਧਾਈ ਦਿੰਦਾ ਹਾਂ। ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਅਸੀਂ ਖਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸੋ ਸਮੂਹ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਸਹਿਯੋਗ ਦਿੱਤਾ ਹੈ ਅਤੇ ਗੁਰੂ ਦੇ ਨਾਲ ਜੁੜੇ ਹਾਂ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਹਾਜ਼ਰੀਆਂ ਭਰੋ, ਆਪਣਾ ਜੀਵਨ ਸਫਲ ਕਰੋ ਅਤੇ ਗੁਰੂ ਬਾਣੇ ਵੱਲੋਂ ਜੀ। ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਸ੍ਰੀ ਅੰਮ੍ਰਿਤਸਰ ਦੇ ਪੈਥੋਲੋਜੀ ਵਿਭਾਗ ਅਤੇ ਇੰਡੀਅਨ ਐਸੋਸੀਏਸ਼ਨ ਆਫ ਪੈਥੋਲੋਜਿਸਟਸ ਐਂਡ ਮਾਈਕਰੋਬਾਇਓਲੋਜਿਸਟਸ ਨੇ ਨੌਰਥ ਵੈਸਟ ਚੈਪਟਰ ਆਫ IAPM 2024 ਕਾਨਫਰੰਸ ਦਾ ਆਯੋਜਨ ਕੀਤਾ। ਇਸ ਮੌਕੇ ਉੱਤੇ ਅੰਤਰਰਾਸ਼ਟਰੀ ਤੌਰ ਉੱਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਡਾਕਟਰ ਨੀਤਾ ਬੋਰਗੇਸ, ਲੈਬ ਡਾਇਰੈਕਟਰ ਸੈਂਟਰ ਐਨਕੋਲੋਜੀ ਅਤੇ ਮੁਖੀ ਹਿਸਟੋਪੈਥੋਲੋਜੀ SL ਰਹੇਜਾ ਹਸਪਤਾਲ ਮੁੰਬਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ 450 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਪੈਥੋਲੋਜੀ ਦੇ ਮਾਹਿਰਾਂ ਨੇ ਬਿਮਾਰੀਆਂ, ਖਾਸ ਕਰਕੇ ਕੈਂਸਰ ਦੇ ਨਿਦਾਨ ਵਿੱਚ
ਆਉਣ ਵਾਲੀਆਂ ਚੁਣੌਤੀਆਂ ਨਾਲ ਸੰਬੰਧਿਤ ਵਿਸ਼ਿਆਂ ਉੱਤੇ ਚਰਚਾ ਕੀਤੀ ਹੈ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਊਬ ਦੇ ਨਾਲ।